ਕਦੋਂ ਤੋਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਕਿਉਂ ਤੁਹਾਨੂੰ ਲੱਗਿਆ ਕਿ ਤੁਹਾਨੂੰ ਡਾਂਸ ਦੀਆਂ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਨੇ ਗਿੱਧੇ ਭੰਗੜੇ ਦੀਆਂ? ਮੈਨੂੰ ਉਂਝ ਵੀ ਡਾਂਸ ਤੇ ਗਿੱਧਾ ਬਹੁਤ ਸ਼ੌਂਕ ਸੀ ਤੇ ਨੋਰਮਲ ਲਾਈਫ ਵਿੱਚ ਤੇ ਟਾਈਮ ਮਿਲਦਾ ਨਹੀਂ ਸੀ ਕਿਉਂਕਿ ਪੜ੍ਹਾਈ ਹੁੰਦੀ ਸੀ, ਉਸ ਤੋਂ ਬਾਅਦ ਮੈਨੂੰ ਟਿਊਸ਼ਨ ਜਾਣਾ ਪੈਂਦਾ ਸੀ, ਇਸ ਲਈ ਫਿਰ ਲੋਕਡਾਊਨ ਹੋ ਗਿਆ ਤੇ ਮੰਮਾ ਪਾਪਾ ਨੇ ਮੈਨੂੰ ਕਿਹਾ ਕਿ ਇਸ ਟਾਈਮ ਵਿੱਚ ਆਪਾਂ ਬਣਾ ਸਕਦੇ ਹਾਂ ਵੀਡੀਓ, ਤੇ ਮੈਂ ਇਸ ਟਾਈਮ ਤੋਂ ਫਿਰ ਵੀਡੀਓ ਬਣਾਉਣੀ ਸ਼ੁਰੂ ਕਰਤੀ ਹਾਂ। ਮੈਂ ਕੋਈ ਕਲਾਸ ਵਗੈਰਾ ਤੇ ਮੈਂ ਕੋਈ ਜੁਆਇਨ ਨਹੀਂ ਕੀਤੀ, ਮੈਂ ਬਸ ਪਹਿਲਾਂ ਤੇ ਸਟਾਰਟਿੰਗ ਵਿੱਚ ਮੈਂ ਸਿਰਫ ਵੀਡੀਓਜ਼ ਯੂਟਿਊਬ ਤੇ ਵੀਡੀਓਜ਼ ਵੇਖ ਕੇ ਹੀ ਮਤਲਬ ਕਿ ਸਿੱਖ ਲੈਂਦੀ ਹੁੰਦੀ ਸਾਂ। ਲੇਕਿਨ ਉਸ ਤੋਂ ਬਾਅਦ ਦੁਬਈ ਦੇ ਇੱਕ ਮਤਲਬ ਭੰਗੜਾ ਕੋਚ ਨੇ ਮੇਰੀ ਵੀਡੀਓ ਵੇਖੀ ਤੇ ਉਹਨਾਂ ਨੇ ਪਾਪਾ ਜਿਵੇਂ ਮੇਰੇ ਪਾਪਾ ਨੂੰ ਕਮੈਂਟ ਕੀਤਾ ਕਿ ਸਰ ਕੀ ਮੈਂ ਤੁਹਾਨੂੰ ਕੁਛ ਦੱਸ ਸਕਦਾ ਵਾਂ, ਤੁਸੀਂ ਬੁਰਾ ਤੇ ਨਾ ਮੰਨੋਗੇ, ਤੇ ਉਹਨਾਂ ਨੇ ਦੱਸਿਆ ਕਿ ਥੋੜੀਆਂ ਬਹੁਤ ਗੜਬੜਾਂ ਨੇ ਮਤਲਬ ਕਿ ਉਲਟੇ ਸਟੈਪ ਨੇ। ਉਸ ਤੋਂ ਬਾਅਦ ਫਿਰ ਉਹ ਮੈਨੂੰ ਕੋਚਿੰਗ ਕਰਵਾਉਂਦੇ ਆ ਤੇ ਗਿੱਧੇ ਵਿੱਚ ਮਿਸ ਵਰਲਡ ਪੰਜਾਬਨ ਪ੍ਰਦੀਪ ਕੌਰ ਜੀ ਉਹ ਮੈਨੂੰ ਸਿਖਾਉਂਦੇ ਆ। ਉਹ ਮੈਨੂੰ ਵਟਸਐਪ ਤੇ ਵੀਡੀਓ ਸੈਂਡ ਕਰਦੇ ਨੇ ਤੇ ਸਾਰੇ ਸਟੈਪਸ ਦੇ ਮਤਲਬ ਕਿ ਨੇਮ ਦੱਸਦੇ ਨੇ ਲਾਈਕ ਦਿਸ ਵੀ। ਤੇ ਕਿਹੜੀ ਚੀਜ਼ ਨੇ ਤੁਹਾਨੂੰ ਜ਼ਿਆਦਾ ਮੋਟੀਵੇਟ ਕੀਤਾ ਕਿ ਮੈਂ ਹੋਰ ਵੀਡੀਓਜ਼ ਪਾਇਆ ਕਰਾਂ? ਪਹਿਲਾਂ ਗੁਰੂ ਰੰਧਾਵਾ ਨੇ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ, ਜਿੱਦਾਂ ਉਹਨਾਂ ਨੇ ਮੇਰੀ ਵੀਡੀਓ ਪੋਸਟ ਕੀਤੀ ਮੈਂ ਬਹੁਤ ਜ਼ਿਆਦਾ ਖੁਸ਼ ਹੋਈ। ਤੇ ਉਸ ਤੋਂ ਬਾਅਦ ਮੈਂ ਅਗਲੀ ਨਿਮਿਤ ਖਹਿਰਾ ਜੀ ਦੇ ਗਾਣੇ 'ਤੇ ਮੈਂ ਵੀਡੀਓ ਬਣਾਈ ਸੀ ਅੱਜ ਕੱਲ੍ਹ, ਉਹਦੇ 'ਤੇ ਵੀ ਬੰਟੀ ਬੈਂਸ ਸਰ ਨੇ ਅਤੇ ਨਿਮਰਤ ਖਹਿਰਾ ਮੈਮ ਨੇ ਵੀ ਮੇਰੀ ਵੀਡੀਓ ਸ਼ੇਅਰ ਕੀਤੀ। ਉਸ ਤੋਂ ਬਾਅਦ ਇੱਕ ਹੋਰ ਗਾਣਾ ਸੀ ਰਾਜਵੀਰ ਜਵੰਦਾ ਸਰ ਦਾ, ਉਹਨਾਂ ਨੇ ਮੇਰੀ ਵੀਡੀਓ ਸ਼ੇਅਰ ਕੀਤੀ। ਵੱਡੇ ਹੋ ਕੇ ਕੀ ਬਣਨ ਨੂੰ ਤੁਹਾਡਾ ਜੀ ਕਰਦਾ ਹੈ? ਸਾਰਾ ਕੁਛ ਸਾਈਡ 'ਤੇ, ਸਭ ਤੋਂ ਪਹਿਲਾਂ ਤਾਂ ਸਟੱਡੀ ਆ, ਇਸ ਲਈ ਮੈਂ ਤੇ ਬਸ ਸਾਇੰਟਿਸਟ ਬਣਨਾ ਚਾਹੁੰਦੀ ਹਾਂ ਤੇ ਨਾਲੇ ਉਂਝ ਮਾੜੀ ਮੋਟੀ ਮੈਂ ਸਿੰਗਿੰਗ ਵੀ ਸਿੱਖਣੀ ਆ ਤੇ ਨਾਲੇ ਮੈਂ ਸਿੰਗਰ ਵੀ ਬਣਨਾ ਚਾਹੁੰਦੀ ਹਾਂ। ਡਾਂਸ ਤੇ ਮੈਂ ਇੰਟਰਟੇਨਮੈਂਟ ਵਾਸਤੇ ਕਰਨੀ ਆ ਲੇਕਿਨ ਜ਼ਿਆਦਾ ਜ਼ਰੂਰੀ ਸਟੱਡੀ ਹੈ। ਜਤਿੰਦਰ ਜੀ, ਜਿਵੇਂ ਵੀਡੀਓਜ਼ ਤੁਸੀਂ ਬਣਾਉਂਦੇ ਹੋ ਇਹਦੀਆਂ ਸੀਰਤ ਦੀਆਂ, ਜਿਵੇਂ ਇਹਦੀ ਛੋਟੀ ਏਜ ਹੈ, ਕਈ ਵਾਰੀ ਇਹ ਹੁੰਦਾ ਕਿ ਵਿਊਜ਼ ਦਾ ਚੱਕਰ ਹੈ ਨਾ, ਵਿਊਜ਼ ਦਾ ਪ੍ਰੈਸ਼ਰ ਜਾਂ ਇੰਨੀਆਂ ਵੀਡੀਓਜ਼ ਬਣਾਉਣੀਆਂ ਹੀ ਨੇ ਮੈਂ ਜਾਂ ਇਹ ਮੇਰੀ ਵੀਡੀਓ ਸ਼ੇਅਰ ਨਹੀਂ ਹੋਈ, ਤੁਹਾਨੂੰ ਕਦੇ ਐਜ਼ ਅ ਪੇਰੈਂਟ ਡਰ ਲੱਗਿਆ ਕਿ ਬੱਚਾ ਇਹਨਾਂ ਚੀਜ਼ਾਂ ਦਾ ਪ੍ਰੈਸ਼ਰ ਨਾ ਲੈਣ ਲੱਗ ਜਾਵੇ, ਹਲੇ ਬਹੁਤ ਛੋਟਾ ਹੈ, ਤੇ ਕਿਵੇਂ ਤੁਸੀਂ ਇਸਨੂੰ ਹੈਂਡਲ ਕਰਦੇ ਹੋ? ਇਹਨੂੰ ਕਦੀ ਵੀ ਇਸ ਚੀਜ਼ ਬਾਰੇ ਨਹੀਂ ਦੱਸਿਆ ਜਾਂਦਾ, ਆਪਾਂ ਦੱਸਦੇ ਹੀ ਨਹੀਂ ਗੇ ਬਿਲਕੁਲ ਵੀ ਆਪਣੇ ਅੱਜ ਇੰਨੇ ਫੋਲੋਅਰਸ ਹੋ ਗਏ ਆ ਜਾਂ ਇੰਨੇ ਵਿਊਜ਼ ਹੋ ਗਏ ਆ ਜਾਂ ਘੱਟ ਆਏ ਜਾਂ ਜ਼ਿਆਦਾ ਆਏ ਆ। ਮੇਨ ਇਹਦਾ ਤੁਹਾਨੂੰ ਪਤਾ ਮੈਮ ਟਾਈਮ ਹੁੰਦਾ ਨਹੀਂ ਹੈ ਨਾ, ਹੁਣ ਥੋੜਾ ਜਿਹਾ ਹੁਣ ਜੂਨ ਵਿੱਚ ਚਲੋ ਸਮਰ ਵਕੇਸ਼ਨ ਸੀਗੀਆਂ ਤੇ ਹੁਣ ਫਿਰ ਆਨਲਾਈਨ ਕਲਾਸਿਸ ਸਟਾਰਟ ਨੇ, ਸਵੇਰੇ ਕਲਾਸਿਸ ਸਟਾਰਟ ਹੁੰਦੀਆਂ ਤੇ ਦੁਪਹਿਰ ਹੋ ਜਾਂਦੀ ਹੈ ਮੈਮ, 1:30-2 ਵਜੇ ਤੱਕ ਕਲਾਸਿਸ ਚੱਲਦੀਆਂ, ਫਿਰ ਉਦੋਂ ਬਾਅਦ ਲੰਚ ਟਾਈਮ ਆ ਤੇ ਫਿਰ 1 ਘੰਟੇ ਦਾ ਬ੍ਰੇਕ ਹੈ ਨਾ ਜਾਂ ਰੈਸਟ ਕਰਕੇ ਬੱਚਾ, ਸ਼ਾਮ ਨੂੰ ਫਿਰ 1 ਘੰਟਾ ਸਟੱਡੀ ਆ, ਫਿਰ ਉਦੋਂ ਬਾਅਦ ਇਹਨੇ ਸ਼ਾਮ ਨੂੰ 5:30-5 ਵਜੇ ਸਾਡੇ ਚਾਚਾ ਜੀ ਨੂੰ ਕੀਰਤਨ ਸਿਖਾਉਂਦੇ ਨੇ ਤੇ ਫਿਰ ਉਹਨਾਂ ਕੋਲੋਂ ਇਹ ਕੀਰਤਨ ਵੀ ਸਿੱਖਣ ਜਾਂਦੀ ਹੈ, ਘੰਟਾ ਇੱਕ ਉੱਥੇ ਵੀ ਲੱਗਦਾ ਤੇ ਉਹ ਸਾਰਾ ਟਾਈਮ ਇੱਦਾਂ ਹੀ ਲੰਘ ਜਾਂਦਾ। ਬਟ ਇਹਨੂੰ ਆਪਾਂ ਉਸ ਚੀਜ਼ ਨਾਲ ਜ਼ਿਆਦਾ ਉਹ ਕਰਦੇ ਨਹੀਂ ਗੇ ਕਿ ਇਹਦਾ ਇੰਟਰਸਟ ਉਸ ਚੀਜ਼ 'ਚ ਹੋਏ, ਹਨਾ, ਕਿਉਂਕਿ ਛੋਟੀ ਹੈ ਜਦੋਂ ਇਹ ਵੱਡੀ ਹੋ ਜੂਗੀ, ਹਨਾ, ਤੇ ਫਿਰ ਉਦੋਂ ਬਾਅਦ ਇਹਦਾ ਅਕਾਊਂਟ ਆਪਾਂ ਇਹਨੂੰ ਦੇਵਾਂਗੇ ਆਪਣੇ ਹਿਸਾਬ ਨਾਲ, ਜਿੱਦਾਂ ਮਰਜ਼ੀ ਚਲਾਓ, ਹਨਾ, ਪਰ ਫਿਲਹਾਲ ਆਪਾਂ ਖੁਦ ਹੀ ਕਰ ਰਹੇ ਹਾਂ ਮੈਮ ਸਾਰਾ ਕੁਛ, ਇਹਦਾ ਇੰਟਰਸਟ ਹੈ ਨਹੀਂ ਉਸ ਚੀਜ਼ 'ਚ ਬਿਲਕੁਲ।